ਇਹ ਸੋਨੇ ਦੀ ਸ਼ਾਹੀ ਦੇ ਨਾਲ ਲਿਖੀ ਹਾਂ ਹੱਥ ਲਿਖਤ ਬੀੜ ਆਈ ਇਹ ਕਾਫੀ ਪੁਰਾਣੀ ਹੋਣੀ ਫਿਰ ਤਾਂ ਹੈ ਨਾ ਬਾਬਾ ਦੀਪ ਸਿੰਘ ਦੇ ਹੱਥ ਲਿਖੀ ਹੋਈ ਹੈ ਇਹ ਹੈ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਦਾ ਤੇ ਤੁਸੀਂ ਦੇਖ ਲੈਣਾ ਗੁਰਦੁਆਰਾ ਸਾਹਿਬ ਹੁਣ ਚੱਲਦੇ ਆਪਾਂ ਇੱਥੋਂ ਆਪਾਂ ਖੜੇ ਹਾਂ ਜੀ ਜੇਹਲਮ ਦਰਿਆ ਦੇ ਕੋਲੇ ਹੈ ਨਾ ਇਹ ਜੇਹਲਮ ਦਰਿਆ ਵੀ ਪਾਕਿਸਤਾਨ ਦੇ ਵਿੱਚ ਹੀ ਚਲੇ ਜਾਂਦੇ ਨੇ ਇੱਧਰ ਹੈ ਹੁਣ ਇਹ ਉਹ स्वागत रात आ गए थे अनंत नाग श्रीनगर तो थले आ गए 40-50 किलोमीटर है ना हम चले थे गुरुद्वारा साहब तुम दर्शन करावे अज जावे पहलगाम ਅੱਜ ਆਪਣਾ ਇੰਡੀਆ ਟੂਰ ਦਾ ਸੱਤਵਾਂ ਦਿਨ ਹੈ ਨਾ ਅਤੇ ਜੁੜੇ ਰਹੋ ਵਲੌਗ ਦੇ ਨਾਲ ਆਪਾਂ ਕਰਦੇ ਫਿਰ ਗਾਂਹ ਜਾ ਕੇ ਗੱਲਬਾਤ ਜੀ ਆਪਾਂ ਪਹੁੰਚੇ ਜੀ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮਟਨ ਸਾਹਿਬ ਅਨੰਤ ਨਾਗ ਗੁਰਦੁਆਰਾ ਇਤਿਹਾਸ ਤੁਹਾਨੂੰ ਬਾਝ ਦਿੰਦੇ ਚਲੋ ਫਿਰ ਆਪਾਂ ਦਰਸ਼ਨ ਕਰਦੇ ਅੰਦਰ ਜਾ ਕੇ ਨਾ ਅਤੇ ਟੇਕ ਦੇ ਮੱਥਾ ਓ ਮਾਈ ਗੋਡ ਹੱਥ ਲਿਖਤ ਬੀੜ ਆਈ ਇਹ ਕਾਫੀ ਪੁਰਾਣੀ ਹੋਣੀ ਫਿਰ ਤਾਂ ਬਾਬਾ ਦੀਪ ਸਿੰਘ ਦੇ ਹੱਥ ਦੀ ਲਿਖੀ ਹੋਈ ਠੀਕ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੋਂ ਲਿਆਈ ਸੀ ਅੱਛਾ ਅੱਛਾ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਤੋਂ ਲੈ ਕੇ ਆਏ ਸੀ ਠੀਕ ਠੀਕ ਗੁਰਦੁਆਰੇ ਦੇ ਨਾਲ ਬਿਲਕੁਲ ਸੂਰੀਆ ਮੰਦਿਰ ਨਾ ਤੇ ਹਾਂ ਉਹ ਸਾਡੇ ਘਰ ਅੱਛਾ ਅੱਛਾ ਉਹ ਜਿਹੜਾ ਤੁਹਾਡੇ ਘਰ ਠੀਕ ਹੈ ਬਿਲਕੁਲ ਤੁਸੀਂ ਤਾਂ ਗੁਰਦੁਆਰੇ ਨਾਲ ਹੀ ਰਹਿੰਦੇ ਹਾਂ ਠੀਕ ਠੀਕ ਅਸੀਂ 2011 ਤੋਂ ਹੁਣ ਕੰਟੀਨਿਊ ਅੱਛਾ 2011 ਤੋਂ ਇੱਥੇ ਕੰਟੀਨਿਊ ਕਰ ਰਹੇ ਹਾਂ ਠੀਕ ਇਹਨਾਂ ਨਾਲ ਜੀ ਰੌਲਾ ਆਪਣੇ ਗੁਰਦੁਆਰਾ ਸਾਹਿਬ ਦਾ ਚੱਲਦਾ ਨਾ ਇਹ ਕਹਿੰਦੇ ਸਾਡੀ ਜਗ੍ਹਾ ਵਾ ਅਤੇ ਆਪਣੇ ਮਹਾਰਾਜ ਵੀ ਆਏ ਫਿਰ ਆਪਾਂ ਨੂੰ ਵੀ ਚਾਹੀਦੀ ਹੈ ਨਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੇ ਕੋਈ ਫੈਸਲਾ ਨਹੀਂ ਹੋਇਆ ਹੈ ਨਾ ਪਰ ਇਹਨਾਂ ਦਾ ਸੂਰੀਆ ਮੰਦਿਰ ਹੈ ਇੱਧਰ ਹੈ ਨਾ ਇਸ ਜਗ੍ਹਾ 'ਤੇ ਅਸੀਂ ਤਿੰਨ ਗੁਰਪੁਰਬ ਆਪਣੇ ਅੱਛਾ ਅੱਛਾ ਪੰਡਾਲ ਲੱਗਦਾ ਇੱਥੇ ਪੰਡਾਲ ਲੱਗਦਾ ਕੀਰਤਨ ਵਗੈਰਾ ਹੁੰਦਾ ਹੋਣਾ ਸਾਰਾ ਪੂਰਾ ਦਿਨ ਪ੍ਰੋਗਰਾਮ ਚੱਲਦਾ ਜੀ ਘਰ ਬੜੇ ਪੁਰਾਣੇ ਪੁਰਾਣੇ ਹੈ ਨਾ ਉਹ ਵਾਹਵਾ ਹੀ ਪੁਰਾਣਾ ਲੱਗਦਾ ਹਾਂ ਵਾਹਵਾ ਪੁਰਾਣਾ ਲੱਗਦਾ ਇਹ ਹੈ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਦਾ ਅਤੇ ਤੁਸੀਂ ਦੇਖ ਲੈਣਾ ਗੁਰਦੁਆਰਾ ਸਾਹਿਬ ਹੁਣ ਚੱਲਦੇ ਆਪਾਂ ਇੱਥੋਂ ਅਤੇ ਮਹਾਰਾਜ ਕੇ ਸੁੱਖ ਫਿਰ ਤੁਹਾਨੂੰ ਕਿਤੇ ਦਰਸ਼ਨ ਕਰਾਵਾਂਗੇ ਇੱਥੋਂ ਦੇ ਆਪਾਂ ਹਾਂ ਕੋਈ ਨਹੀਂ ਫਿਰ ਰੁਕਾਂਗੇ ਤੁਹਾਡੇ ਕੋਲ ਇਹ ਹੈ ਜੀ ਪਿਓਰ ਵਿੱਚ ਹੈ ਨਾ ਢਾਬਾ ਤੁਹਾਨੂੰ ਦੱਸਦਾ ਲੋਕੇਸ਼ਨ ਹੈ ਪਹਿਲਗਾਮ ਨੂੰ ਜਦੋਂ ਜਾਂਦੇ ਆਪਾਂ ਮਿਲ ਜੂਗਾ ਜ਼ਿਆਦਾਤਰ ਇੱਧਰ ਪਿਓਰ ਵੈਜੀਟੇਰੀਅਨ ਲੱਭਣਾ ਹੀ ਔਖਾ ਵਾ ਲਓ ਜੀ ਇਹ ਬਾਈ ਰਜਿੰਦਰ ਸਿੰਘ ਸੀਗੇ ਜੀ ਇਹ ਅਨੰਤ ਨਾਗ ਤੋਂ ਨਾ ਅਤੇ ਭਾਅ ਜੀ ਦੇ ਕਰਕੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਤੇ ਅਤੇ ਸੇਵਾ ਕੀਤੀ ਭਾਅ ਜੀ ਚਾਹ ਚੂ ਪਿਆਈ ਹੈ ਨਾ ਹੋਟਲ ਚੰਗਾ ਸੀ ਅੱਜ ਰੋ ਹੋਟਲ 'ਤੇ ਆਪਾਂ ਗਏ ਪਕੌੜੇ ਪਕੌੜੇ ਖਾਧੇ ਵਧੀਆ ਸੀ ਹੈ ਨਾ ਮਾਹੌਲ 'ਤੇ ਭਾਅ ਜੀ ਇਹਦਾ ਅਸੀਂ ਘਰੇ ਵੀ ਚੱਲੋ ਰੋਟੀ ਰੋਟੀ ਖਾਂਦੇ ਹਾਂ ਪਰ ਥੋੜ੍ਹੇ ਜਿਹੇ ਟਾਈਮ ਦੀ ਛੋਟਾ ਜਿਹਾ ਅਤੇ ਫਿਰ ਅਗਲੀ ਵਾਰੀ ਆਏ ਤਾਂ ਜਦੋਂ ਆਪਾਂ ਨੂੰ ਜ਼ਰੂਰ ਮਿਲਦਾ ਇਹਨਾਂ ਦਾ ਦਿਲੋਂ ਧੰਨਵਾਦ ਹੈ ਨਾ ਕਿਉਂਕਿ ਧੰਨਵਾਦ ਪੰਜਾਬੀਆਂ ਦਾ ਕਰਨਾ ਬਣਦਾ ਨਾ ਜਿਹੜੇ ਆਪਣੇ ਬਾਹਰੋਂ ਆ ਕੇ ਵੀ ਇੰਨੀ ਸੇਵਾ ਕਰਦੇ ਹਨ ਨਹੀਂ ਤਾਂ ਕੌਣ ਕਰਦਾ ਵਾ ਵੀ ਤੁਸੀਂ ਬਾਹਰੋਂ ਆਏ ਜਾਂ ਕਿਵੇਂ ਵੀ ਹੈ ਨਾ ਅਤੇ ਬਾਕੀ ਵਧੀਆ ਦਿਲੋਂ ਧੰਨਵਾਦ ਆ ਅਤੇ ਆਪਾਂ ਹੁਣ ਚੱਲਦੇ ਹਾਂ ਪਹਿਲਗਾਮ ਨੂੰ ਅਤੇ ਨਾਲ ਆਪਣੇ ਚੱਲ ਪਿਆ ਜੀ ਆ ਜੇਹਲਮ ਦਰਿਆ ਹੁਣ ਜੇਹਲਮ ਦਰਿਆ ਦੇ ਨਾਲ ਨਾਲ ਅੱਜ ਆਪਾਂ ਜਾਣਾ ਵਾ ਨਾ ਅਤੇ ਇੱਕ ਚੀਜ਼ ਗੱਲ ਹੋਰ ਕਰਨੀ ਸੀ ਭਾਅ ਜੀ ਦੱਸ ਰਹੇ ਵੀ ਜਿਹੜਾ ਇਸ ਵੈਲੀ ਦੀ ਪਹਿਲਗਾਮ ਲਾ ਲਓ ਜਾਂ ਪਲਾਮਾ ਸਾਰਾ ਇਹ ਜਿਹੜਾ ਏਰੀਆ ਵਾ ਅਤੇ ਘੱਟੋ ਘੱਟ 60-70,000 ਸਿੱਖਾਂ ਦੀ ਆਬਾਦੀ ਆ ਸਿੱਖ ਬਹੁਤ ਹੈ ਇੱਥੇ ਹੈ ਨਾ ਅਤੇ ਚਲੋ ਵਧੀਆ ਗੱਲ ਆ ਨਾ ਅਤੇ ਬਾਕੀ ਚੰਗੀਆਂ ਪੁਜੀਸ਼ਨਾਂ 'ਤੇ ਆ ਭਾਅ ਜੀ ਟੀਚਰ ਸੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਟੀਚਰ ਆ ਅਤੇ ਚਲੋ ਚੱਲਦੇ ਹਾਂ ਹੁਣ ਆਪਾਂ ਅੱਗੇ ਅਨੰਤ ਨਾਗ ਤੋਂ ਆਪਾਂ ਥੋੜ੍ਹਾ ਜਿਹਾ ਅੱਗੇ ਆਏ ਹੈ ਨਾ ਅਤੇ ਟੈਂਪਰੇਚਰ ਦੀ ਗੱਲ ਕਰੀਏ 21 ਡਿਗਰੀ ਅਤੇ ਜੇ ਬਾਹਰ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਆਹ ਕੁਛ ਹੈ ਨਾ ਸਾਹਮਣੇ ਦੇਖਣ ਲੱਗ ਗਈਆਂ ਫਿਰ ਪਹਾੜ ਬਰਫ਼ ਵਾਲੀਆਂ ਪਹਾੜੀਆਂ ਅਤੇ ਆ ਜੀ ਪਹਿਲਗਾਮ ਇੱਧਰ ਨੂੰ ਕਹਿੰਦੇ ਪਹਿਲਗਾਮ ਵੀ ਬਹੁਤ ਸੋਹਣਾ ਵਾ ਅਤੇ ਅੱਜ ਪਤਾ ਲੱਗ ਜੂਗਾ ਕਿ ਕਿੰਨਾ ਕੁ ਸੋਹਣਾ ਵਾ ਅਤੇ ਜਾ ਕੇ ਆਪਾਂ ਦੇਖਦੇ ਕਿਉਂਕਿ ਆਪਾਂ ਵੀ ਫਸਟ ਟਾਈਮ ਜਾ ਰਹੇ ਹਾਂ ਅਤੇ ਬਾਕੀ ਵਲੌਗ ਚੰਗੇ ਲੱਗ ਰਹੇ ਕਮੈਂਟ ਕਰਕੇ ਜ਼ਰੂਰ ਦੱਸਿਓ ਕੋਈ ਕਮੀ ਪੇਸ਼ੀ ਰਹਿੰਦੀ ਤਾਂ ਉਹ ਵੀ ਦੱਸ ਦਿਓ ਅਤੇ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਹੈ ਨਾ ਬਾਕੀ ਉੱਪਰ ਹੁਣ ਲੋਕੇਸ਼ਨਾਂ ਸੋਹਣੀਆਂ ਸੋਹਣੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਤੁਹਾਨੂੰ ਦਿਖਾਉਣੇ ਜਿਵੇਂ ਜਿਵੇਂ ਆਪਾਂ ਗਾਂਹ ਨੂੰ ਵਧਾਂਗੇ ਪਹਿਲਗਾਮ ਵੱਲ ਨੂੰ ਲਓ ਜੀ ਗੱਡੀ ਆਪਣੀ ਚੱਲ ਗਈ 10,000 ਅਤੇ 2 ਕਿਲੋਮੀਟਰ ਅਤੇ ਉਹ ਵੀ ਪਹਾੜਾਂ ਦੇ ਵਿੱਚ ਵੇਖ ਲਓ ਹੈ ਨਾ 10,000 ਪੂਰੇ ਕੀਤੇ ਨੇ ਆਪਦੇ ਕਸ਼ਮੀਰ ਸੋਹਣੀਆਂ ਸੋਹਣੀਆਂ ਵਾਦੀਆਂ ਨੇ ਜਿਵੇਂ ਇਹਦੇ ਜੰਨਤ ਉਹ ਦੇਖ ਲਓ ਸਾਹਮਣੇ ਇਹਦੇ ਵਾਕਈ ਜੰਨਤ ਤੋਂ ਘੱਟ ਨਹੀਂ ਹੈ ਇਹ ਕਸ਼ਮੀਰ ਜਿਹੜਾ ਹੈਗਾ ਨਾ ਹਰੇਕ ਏਰੀਆ ਦਾ ਅਲੱਗ ਅਲੱਗ ਆ
कश्मीर टूर दे गल करिए आपां ना, आपां चार पांच एरिए देखे कश्मीर दे। पहलो आपां गए सीगे श्रीनगर है ना, श्रीनगर देख लिया। तो श्रीनगर तो मुड़ के एक मिनट करते गल, आपां गल करते सी जिवें है ना कश्मीर टूर की। तो कश्मीर टूर दे विच आपां चार पांच जगह घूमिया है ना। पहलो आपां श्रीनगर वेख्या, श्रीनगर तो फिर आपां गुलमर्ग देखा, गुलमर्ग ग्रेज वैली राजधान पास, कल सोनमर्ग वेख्या, अज आप जा रहे हैं पहलगाम। पर पहाड़ देखने सेम लगते हैं पर लोकेशन हमेशा बदल जाती है, जो भी तुम कुछ किस वैली चो तुम कुछ देखने मिलता, किसी कुछ देखने मिलता, अलग अलग तरह के तुम पहाड़ देखने मिलते, कित नदी वाले जिम्मे हूँ ये एरिया वा जो पहलगाम का, ये तुम पानी वेखूगा। तो गुलमर्ग वाला सुक्का वेखू, मतलब एक ग्राउंड की तरह है ना, जिन्हें नहीं देखा ये नाल ही नाल दरिया जाता वा। यद ना की यार ना चेता भुल गया, फिर लगता जेलम सी है ना, जेलम, हाँ चेता नहीं भुलिया, आ गया यार जेलम दरिया के नाल। अगे भी मैं जिम्मे दसिया जेलम दरिया के नाल सफर किया, सिंध के नाल किया वा, चनाब के नाल किया वा ना, ये जड़े दरिया से इन्होंने नाल आप सफर करते रहे हैं। तो अज आप जा रहे हैं पहलगाम, तो सामने फिर एक अलग मतलब व्यू है, जिम्मे इतने भी आप टेंट कैंप सब लगे हुए हैं, जो तुम जाने इतने कैंपिंग कर सकते हैं। ये कैंप जिम्मे मिल जाते तो अपना अगे भी जस्पा किया जो जगह पर जाके कैंपिंग तुम मिल जाती है, तुम इस जगह पर आके रह सकते हैं ना। तो बाकी नदी सैड मोस्टली ज़्यादा जी कैंपिंग सैड होंगी रिवर सैड होंगी है ना, तो वेखन वैली रिवर सैड कैंपिंग होंगी, तो वेखन वधिया वधिया एरिया वगैरह सोहना होंगे ना, तो चंगा लगता तार के रिवर सैड की जाती। तो चलो हम आप चलते हैं गांह फिर वादे अगे हौली हौली, दिखाने तू पहलगाम। आप खड़े हैं जी जेलम दरिया के कोल है ना, ये जेलम दरिया भी पाकिस्तान के चले जाता वा। तो ये सामने एक वैली आ, वैली के राफ्टिंग होंगी, जोड़ा ये जो पॉइंट आ राफ्टिंग, जिन्हें भी टूरिस्ट सारे खड़ के राफ्टिंग मतलब राफ्टिंग कह देंगे वो जी बेड़ी जी समझ तुम्हें दिखा एक मिनट आ जी ये बह के नदी के तुम पांच सत्त किलोमीटर लैके जाते हैं, तो वो दिखाते हैं ना। तो टूरिस्ट इतने बहुत खड़िया होया वा, जमने देख रहे टिकटा की लगी है लैन, तो काफ़ी जनता यदि चाहती है कि अं जाइए तो राफ्टिंग करिए है ना। तो बाकी वधिया माहौल पूरा वधिया वा, ये जरा ये जगह जो राफ्टिंग करनी है तुम पहलगाम तो 10 किलोमीटर पहलों 12 आ जाता मेरे हिसाब से, 10-12 किलोमीटर पहलों पहलगाम तो रुक के राफ्टिंग करते, जो थले चलते अपना थोड़ी अपर फोटोग्राफी करनी है या थोड़े तुम दिखा हों, राफ्टिंग वाला तो कोई मूड नहीं है अपना कोई फिलहाल। इतने जी पब्लिक है बहुत राफ्टिंग खड़ी है ना, तो राफ्टिंग करूँगी। सुभा की गल करिए तो बहुत तेज़ है ना, जिमें उत्ते मीह मूह पिया हों जब बर्फ खुर खुर के आती बहुत तेज़ पानी आ रहा, तो है भी वाहवा नदी बहुत खुली है, तो तेज़ पानी है तो ही राफ्टिंग होंगी इतने मेरे हिसाब से, जिनी भी जनता खड़ी इतने सारी राफ्टिंग करने वाली है। राफ्टिंग का तुम पैसे पुछ के दस देने, वैसे टिकट वाहवा महंगी होंगी जी, 700-800 रुपया लेंगे एक जने तो मेरे हिसाब से, बाकी कोई पता नहीं किन्ने लेंगे हूँ, तो कन्फर्म तुम करके दे देंगे। आप पहुँच गए उत्ते जिते राफ्टिंग होंगी ना, इतने तुम जाके राफ्टिंग कर सकते हैं, ये बेड़िया जहा के तुम लै जाएंगे इधरों है ना, वाहवा जनता करती है इतने है ना, मतलब ठीक है माहौल चाल पूरा वधिया, पानी की आवाज आऊगी थोड़ी जी, तो कोई चक्कर नहीं बाकी बाकी सामने लोकेशन देखो ही तुम जाना। आप लगे एप्पल जूस पीने, तो जो कश्मीर आए तो एप्पल का जूस नहीं पीता तो फिर की किया नाल, वाह वाह लोकेशन आते। दरअसल गल की है कि एप्पल ये स्टोर वाले एप्पल आ हजे नवे तक दूपर जाऊंगे, पर आप इन्हें भी चलो जूस जस पी लिए। टोट लैन लगे जी 400 अद्धा किलो कहता वा, हम पता नहीं अद्धा किलो है भी है कि नहीं। मैं तोल के बताऊंगा, इसके पास कंडा है, अच्छा वो बात नहीं करेगा, काम करेगा तेरे पास हो जा ओए दुर्गा। ए बकरी बकरी दी पेड़ मेन, ए कित्थों लेके आया तू, नहा नू भी लिया कर इनू किते गुरुआ मैली करी फिरदा, फिर तो दे देंगे मेरा फोटो खिचनी पैनी फिर सानू नाल, आ जा ਇਹਦਾ ਮੈਨੂੰ ਬਿਸਕੁਟ ਕੁਝ ਦਿਓ ਖਾਣ ਨੂੰ, ਮੈਂ ਤੈਨੂੰ ਦੇ ਦਿੰਦੇ ਹਾਂ ਗੱਡੀ 'ਚ ਹੈਗਾ ਬਿਸਕੁਟ, ਮੂਹਰੇ ਆਪਾਂ ਮਗਰ ਲਿਆ ਸੀਟ ਦੇ ਮਗਰ ਹੀ ਪਿਆ ਵਾ। ਪੰਜਾਬ ਮੇਂ ਵੀ ਐਸੀ ਬਹੁਤ ਹੈ, ਇਸਕੋ ਨਾ ਨਲਾਇਆ ਕਰੋ ਨਾ, ਇਹ ਮੈਲੀ ਹੋ ਗਈ ਹੈ, ਠੰਡ ਵੀ ਲੱਗਦੀ ਹੈ, ਠੰਡ ਲੱਗਦੀ ਇਹਨੂੰ, ਇਹਨੂੰ ਵੈਸੇ ਖਵਾਇਆ ਖੁਆਇਆ ਕਿ ਨਹੀਂ ਕੁਛ ਇਹਨੂੰ, ਹਾਂ ਦੁੱਧ ਪੀਂਦੀ ਹੈ, ਦੁੱਧ ਪੀਂਦੀ ਆ, ਚੱਕ ਕੇ ਇਹਨੂੰ ਬਿਸਕੁਟ ਖਵਾਈ ਇਹਨੂੰ, ਚਿੱਟਾ ਪਰ ਇਹਨੂੰ ਜੂਸ ਵੀ ਪਿਉਣੇ, ਖੜ ਜਾ ਖੜ ਉਹ ਤੂੰ ਤੜ देखो जवाक तो आप फ्री च फोटो खिचा ली ना, लै आ जा तू भी आ रहे हिजरा, हाँ यदी आए भेट लैके आया सी, अभी फोटो खिंच लो 10 रुपये, कितने पैसे लेने वैसे तू, कितने पैसे ले तो फोटो खिंचने के, 50 रुपये, 50 रुपये लेते आप बिस्कुटा बच्चे 10 रुपये के बिस्कुटा बच्चे फोटो खिचा ली,
ਕੋਈ ਨਹੀਂ ਆਪਾਂ ਜੂਸ ਪਿਆ ਕੇ ਭੇਜਾਂਗੇ ਇਹਨੂੰ ਐਂ ਗੁੱਸੇ ਨਹੀਂ ਕਰਦੇ ਆਪਾਂ ਐਂ ਕਿਸੇ ਗਰੀਬ ਦਾ ਹੱਕ ਨਹੀਂ ਮਾਰਦੇ ਨਾ ਪਰ ਸੋਹਣੀ ਹੈ ਨਾ ਚਲੋ ਇਹ ਤਾਂ ਕੋਈ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਫੋਟੋ ਖਿੱਚਣੀ ਵੈਸੇ ਚਲੋ ਥੋੜ੍ਹਾ ਮਾਹੌਲ ਜਿਹਾ ਬਣ ਜਾਂਦਾ ਇਹਦੇ ਕਹਿੰਦਾ ਫੋਟੋ ਖਿੱਚਦੇ ਹੋ ਸਾਡੀ ਦੋਵਾਂ ਦੀ ਹੈ ਲਓ ਜੀ ਆਪਾਂ ਜਿਹੜੇ ਦਰਿਆ ਦੇ ਖੰਡੇ ਖੜ ਕੇ ਫੋਟੋਆਂ ਵਗੈਰਾ ਲਈਆਂ ਖਿੱਚ ਹੈ ਨਾ ਅਤੇ ਹੁਣ ਵੱਧ ਗਏ ਆਪਾਂ ਅੱਗੇ ਵੱਲ ਨੂੰ ਗੱਲ ਕਰੀਏ ਤਾਂ ਟੋਟਲ 11 ਕਿਲੋਮੀਟਰ ਆਪਣਾ ਜਿਹੜਾ ਸਫ਼ਰ ਰਹਿ ਗਿਆ ਹੈ ਨਾ ਅਤੇ ਅੱਜ ਦਾ ਸਫ਼ਰ ਵੀ ਆਪਣਾ ਬਹੁਤ ਵਧੀਆ ਚੱਲ ਰਿਹਾ ਚੰਗੀਆਂ ਚੰਗੀਆਂ ਲੋਕੇਸ਼ਨਾਂ ਦੇ ਵਿੱਚ ਦੀ ਗੁਜ਼ਰ ਰਹੇ ਹਾਂ ਆਪਾਂ ਅਤੇ ਇਸ ਏਰੀਏ ਦੇ ਵਿੱਚ ਐਪਲ ਬਹੁਤ ਹੁੰਦਾ ਵਾ ਉੱਪਰ ਤਾਂ ਹੁੰਦਾ ਉੱਪਰ ਵੀ ਸੀ ਜਿਹੜਾ ਪਹਿਲਗਾਮ ਏਰੀਆ ਵਾ ਇਹਦੇ 'ਚ ਨਦੀ ਦਾ ਕੰਢਾ ਹੈਗਾ ਇਹਦੇ ਜਿਹੜਾ ਦੋਨੋਂ ਸਾਈਡ ਜੇ ਆਪਾਂ ਦੇਖੀਏ ਅਤੇ ਐਪਲ ਦੇ ਦਰਖਤ ਬਹੁਤ ਲੱਗੇ ਹੋਏ ਨਾ ਐਪਲ ਟ੍ਰੀ ਬਹੁਤ ਹੈਗੇ ਮਤਲਬ ਇੱਥੋਂ ਦਾ ਨੈਚੁਰਲ ਐਪਲ ਅਕਤੂਬਰ ਦੇ ਵਿੱਚ ਆਉਂਦਾ ਹੁਣ ਥੋੜ੍ਹਾ ਸਟੋਰ ਵਾਲਾ ਸੀ ਜਿਹੜਾ ਆਪਾਂ ਜੂਸ ਪੀਤਾ ਵਾ ਪਰ ਉਹ ਵੀ ਵਧੀਆ ਟੇਸਟੀ ਸੀਗਾ ਨਾ ਕਾਫੀ ਮਿੱਠਾ ਸੀਗਾ ਚਲ ਜਿਹੜੀ ਆਪਾਂ ਰਾਫਟਿੰਗ ਦੀ ਗੱਲ ਕਰੀਏ ਰਾਫਟਿੰਗ ਦੇ ਜੇ 1-2 ਕਿਲੋਮੀਟਰ ਲੈ ਕੇ ਜਾਂਦੇ ਆ ਅਤੇ ਪੈਸੇ ਲੈਂਦੇ ਜੀ 660 ਰੁਪਈਏ ਇਹ ਤੁਸੀਂ ਕਰਨੀ ਇਹਦੇ 'ਤੇ ਕਰ ਸਕਦੇ ਪਰ ਅਸੀਂ ਤਾਂ ਕੀਤੀ ਨਹੀਂ ਹੈ ਨਾ ਆਪਾਂ ਚਲੇ ਗਏ ਅੱਗੇ ਵੱਲ ਨੂੰ ਹੈ ਨਾ ਚੱਲਦੇ ਹੁਣ ਪਹਿਲਗਾਮ 'ਤੇ ਬਾਹਰ ਵਿਖਾਉਣੇ ਤੁਹਾਨੂੰ ਫਿਰ ਵਧੀਆ ਵਧੀਆ ਲੋਕੇਸ਼ਨ ਅਤੇ ਝਾਕੇ ਵਾਕੇ ਘੁੱਦੇ ਦੇ ਕਹਿੰਦਾ ਆ ਗਿਆ ਵੈਲਕਮ ਟੂ ਪਹਿਲਗਾਮ ਪੈਸੇ ਕੱਢ ਕੇ ਕੀ ਜਾਣ ਕਿੰਨੇ ਲੈਂਦੇ ਇਹ ਪੂਰੇ 50 ਰੁਪਈਆਂ ਦੀ ਟਿਕਟ ਆਪਾਂ ਕਟਾ ਲਈ ਹੈ ਨਾ ਪਹਿਲਗਾਮ ਦੀ ਗੁਲਮਾਰਗ ਦੀ 75 ਦੀ ਅਤੇ ਸੋਨਮਾਰਗ ਦੀ 110 ਦੀ ਸੀ ਹੈ ਨਾ ਇਹ ਜਦੋਂ ਵੀ ਐਂਟਰੀਆਂ ਤੁਸੀਂ ਇਹਨਾਂ ਪਲੇਸਾਂ 'ਚ ਕਰਦੇ ਅਤੇ ਇੰਨੀਆਂ ਕੁ ਟਿਕਟਾਂ ਇੱਥੇ ਲੱਗ ਜਾਂਦੀਆਂ ਪੈਸੇ ਨਗਦੋ ਨਗਦੀ ਹੱਥੋਂ ਹੱਥੀ ਲੈਂਦੇ ਆ ਕੋਈ ਫਾਸਟ ਕਾਰਡ ਨਹੀਂ ਬਾਕੀ ਬੱਸ ਦਾ ਬੜਾ ਗਲਿੰਗ ਆਉਂਦਾ ਜੀ ਹੁਣ ਇੱਥੋਂ ਮੇਰੇ ਹਿਸਾਬ ਨਾਲ ਪਹਿਲਗਾਮ ਸ਼ੁਰੂ ਹੋ ਜੂਗਾ ਇਹਦਾ ਇਹਨੇ ਜਿਹੜਾ ਕਿਲੋਮੀਟਰਾਂ ਦੇ ਹਿਸਾਬ ਨਾਲ ਤਾਂ 4 ਕੀ ਰਹਿ ਗਿਆ ਵਾ ਚਲੋ ਬਾਕੀ ਚੱਲ ਕੇ ਦੇਖਦੇ ਆਪਾਂ ਅੱਗੇ ਪਹੁੰਚ ਗਿਆ ਜੀ ਇੱਕ ਹੋਰ ਲੋਕੇਸ਼ਨ 'ਤੇ ਨਾ ਅਤੇ ਇੱਥੋਂ ਸਿਰਫ 2 ਕਿਲੋਮੀਟਰ ਰਹਿ ਗਿਆ ਵਾ ਅਤੇ ਨਦੀ ਬਰੋਬਰ ਹੋ ਜਾਂਦੀ ਜਿੱਥੇ ਵੀ ਰੋਡ ਦੇ ਮਤਲਬ ਬਰੋਬਰ ਨਦੀ ਆ ਜਾਂਦੀ ਆ ਅਤੇ ਉੱਥੇ ਟੂਰਿਸਟ ਖੜ੍ਹਦਾ ਹੀ ਆ ਕਿਉਂਕਿ ਫੋਟੋ ਫਾਟਾ ਖਿੱਚਣੇ ਦੇ ਸਾਹਮਣੇ ਦੇਖ ਹੀ ਵੀ ਰਹੇ ਹੈ ਨਾ ਫੋਟੋਗ੍ਰਾਫੀ ਰੀਲਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਅਤੇ ਚੱਲਦਾ ਸਾਰਾ ਕੁਛ ਹੈ ਨਾ ਇੱਕ ਚੀਜ਼ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਜਿਹੜੀ ਅਮਰਨਾਥ ਜੀ ਯਾਤਰਾ ਹੈ ਨਾ ਅਤੇ ਉਹ ਵੀ ਇਸ ਰੋਡ ਤੋਂ ਹੀ ਜਾਂਦੀ ਅੱਗੇ ਚਲੇ ਜਾਣਾ ਪੈਂਦਾ ਵਾ ਅਤੇ ਚਲੋ ਆਪਾਂ ਚੱਲਦੇ ਥੋੜ੍ਹਾ ਗਾਂਹ ਉੱਥੇ ਬੈਠ ਕੇ ਫੋਟੋ ਫਾਟਾ ਵਗੈਰਾ ਕਰਦੇ ਕੁਛ ਨਾ ਕੁਛ ਕਿਉਂ ਲੜੀ ਜਾਂਦੇ ਗੁਰੂ ਬਿੱਲੀ ਵੇਖੋ ਯਾਰ ਕਿੱਡੀ ਸੋਹਣੀ ਨਾ ਇਹ ਬਾਈ ਦੀ ਰੋਜ਼ਗਾਰ ਅੱਛਾ ਆਪ ਕੀ ਫੋਟੋ ਨਹੀਂ ਆਣੀ ਚਾਹੀਏ ਅੱਛਾ ਨਹੀਂ ਆਣੀ ਨਹੀਂ ਯਾਰ ਉਹ ਵੇਂਦੀ ਤਾਂ ਹੈ ਨਹੀਂ ਜੀ ਉਹ ਸਿਆਰੇ ਕੋ ਕਸਟਮਰ ਨਹੀਂ ਕਸਟਮਰ ਨਹੀਂ ਸਮਝ ਰਹੀ ਹੈ ਜੀ ਲਓ ਜੀ ਦੇਖ ਲਓ ਆਪਣਾ ਪਹਿਲਗਾਮ ਆ ਕੇ ਪਹੁੰਚ ਗਏ ਆਪਾਂ ਪਹਿਲਗਾਮ ਹੈ ਨਾ ਅਤੇ 600 ਮੀਟਰ ਹੀ ਆ ਪਹਿਲਗਾਮ ਸਾਰਾ ਪਹਿਲਗਾਮ ਦਾ ਏਰੀਆ ਹੀ ਆ ਸਾਰਾ ਤੁਹਾਨੂੰ ਕੋਈ ਖਾਸ ਜਗ੍ਹਾ ਤਾਂ ਮਤਲਬ ਨਹੀਂ ਹੁੰਦੇ ਪੁਆਇੰਟ ਇਹ ਸਾਰੀ ਵੈਲੀ ਨੂੰ ਹੀ ਪਹਿਲਗਾਮ ਬੋਲ ਦਿੰਦੇ ਨਾ ਜਿਹੜੇ ਹੋਟਲ ਵਗੈਰਾ ਬਣੇ ਹੋਏ ਆ ਮੇਨ ਇੱਥੇ ਬਾਜ਼ਾਰ ਵੀ ਥੱਲੇ ਆਪਣੀ ਪਾਰਕਿੰਗ ਵਗੈਰਾ ਬਣੀ ਹੋਈ ਆ ਸਾਰੇ ਇਹ ਸਾਰਾ ਜਿਹੜਾ ਪਹਿਲਗਾਮ ਦਾ ਏਰੀਆ ਹੀ ਆ ਹਾਂਜੀ ਭਈਆ ਸਾਈਡ ਸੀ ਨਹੀਂ ਨਹੀਂ ਸਰ ਜੀ ਉੱਪਰ ਜਾ ਰਹੇ ਹਾਂ ਚੰਦਨ ਕੇ ਕਿਆ ਚੰਦਨਵਾੜੀ ਇਹੀ ਰੋਡ ਸੀ ਦਾ ਅੱਛਾ ਕਿੰਨੇ ਕਿਲੋਮੀਟਰ ਜਾਂਦੇ ਯਾ 16 ਕਿਲੋਮੀਟਰ ਚੰਦਨਵਾੜੀ ਚੰਦਨਵਾੜੀ ਦੀ ਲੋਕੇਸ਼ਨ ਹੈ ਜੀ ਠੀਕ ਹੈ ਭਈਆ ਥੈਂਕ ਯੂ ਘੋੜਾ ਸੇ ਫਿਰ ਜੀ ਨਹੀਂ ਘੋੜਾ ਨਹੀਂ ਕਰੇਗੇ ਗੱਲ ਘੋੜੇ ਵਾਲੇ ਨਜ਼ਾਰੇ ਲੈ ਲੇ ਗੱਲ ਚੰਦਨਵਾੜੀ ਆ ਚੰਦਨਵਾੜੀ ਵੀ ਚੰਦਨਵਾੜੀ 500 ਮੀਟਰ ਲਓ ਜੀ ਇੱਥੇ ਵੇਖੋ ਟੈਕਸੀਆਂ ਟੈਕਸੀਆਂ ਹੋਈਆਂ ਪਈਆਂ ਨਾ ਬਹੁਤ ਘੁੰਮਣ ਵਾਲੇ ਲੋਕ ਆਏ ਪਏ ਪਾਰਕਿੰਗ ਵਗੈਰਾ ਲੱਗੀਆਂ ਗੱਡੀਆਂ ਵਾਧੂ ਰੋੜਾਂ ਦੇ ਖੜੀਆਂ ਅਤੇ ਆਪਾਂ ਚਲੇ ਚੰਦਨਵਾੜੀ ਜਾਣਾ ਆਪਾਂ ਸਿੱਧਾ ਚੰਦਨਵਾੜੀ ਸਿੱਧਾ ਹੀ ਨਾ ਪੁੱਛ ਲਈਏ ਕਿਸੇ ਨੂੰ ਰੋਡ ਇੱਥੋਂ ਚੰਦਨਵਾੜੀ ਦਾ ਚੰਦਨਵਾੜੀ ਕੋਈ 16 ਕਿਲੋਮੀਟਰ ਕਹਿੰਦਾ ਕੋਈ 7 ਕਿਲੋਮੀਟਰ ਕਹਿੰਦਾ ਬਾਕੀ ਜਾ ਕੇ ਪਤਾ ਲੱਗੂ ਚੰਦਨਵਾੜੀ ਕਿੰਨੇ ਕਿਲੋਮੀਟਰ ਇੱਥੋਂ ਆਪਾਂ ਪਹਿਲਗਾਮ ਤੋਂ ਚੱਲੇ ਹਾਂ ਅਰੂ ਵੈਲੀ AUR ਹੈ ਨਾ ਅਰੂ ARU ARU ਅਰੂ ਵੈਲੀ ਦਿਖਾਉਣੇ ਤੁਹਾਨੂੰ ਸਲਾਈਡ ਲੈਫਟ ਆ ਉੱਪਰ ਨੂੰ ਜਾਂਦੀ ਨਾ ਇਹ ਉੱਪਰ ਵਾਲਾ ਹੀ ਰੋਡ ਅਰੂ ਅਰੂ ਚਲੋ ਜਾ ਕੇ ਫਿਰ ਦੇਖਦੇ ਕੀ ਆ ਵੈਲੀ ਦੇ ਵਿੱਚ ਇਹ ਪਹਿਲਗਾਮ ਵਾਲਾ ਏਰੀਆ ਇਹ ਸਾਰਾ ਪਹਿਲਗਾਮ ਹੀ ਹੈ ਨਾ ਆ ਗਿਆ ਪਾਰਕ ਲਾਈਟਰ ਕੇ ਲੇਡਰ ਵਿਊ ਪਾਰਕ ਹੈ ਨਾ ਪਹਿਲਗਾਮ ਚਲੋ ਚੱਲਦੇ ਆਪਾਂ ਇਹਦੇ ਅੰਦਰ ਅਤੇ ਵੀ ਤੁਹਾਨੂੰ ਦਿਖਾਉਣੇ ਆ ਗੇਟ ਜਿਹਾ ਬਣਿਆ ਇੱਥੇ ਨਾ ਪੁਲ ਕਰੋਸਿੰਗ ਇਹ ਮੇਰੇ ਹਿਸਾਬ ਨਾਲ ਚੜ੍ਹ ਕੇ ਦੂਜੇ ਬੰਨੇ ਜਾਣ ਲਈ ਆ ਅੰਦਰ ਚੱਲਦੇ ਨੇ ਜੇ ਤੁਸੀਂ ਇਹ ਵੀ ਪਾਰਕ ਦੇ ਵਿੱਚ ਐਂਟਰ ਕਰਨਾ ਤਾਂ ਤੁਹਾਨੂੰ ਲੱਗਣੇ ਆ 24-24 ਰੁਪਈਏ ਅਤੇ ਤੁਸੀਂ ਇੱਥੇ ਐਂਟਰ ਕਰਕੇ ਆਪਦਾ ਨਜ਼ਾਰੇ ਲੈ ਸਕਦੇ ਹੋ ਮਾਹੌਲ ਥੋੜ੍ਹਾ ਜਿਹਾ ਹਰਿਆਲੀ ਵਾਲਾ ਇੱਥੇ ਹੈ ਨਾ
ਲਓ ਜੀ ਇਹ ਇੱਕ ਗਾਰਡਨ ਦੀ ਤਰ੍ਹਾਂ ਬਣਿਆ ਹੋਇਆ ਵਾ ਸੋਹਣਾ ਬਣਿਆ ਲੋਕੇਸ਼ਨ ਚਾਰ ਚੁਫੇਰੇ ਤੁਹਾਨੂੰ ਹਰਿਆਲੀ ਹਰਿਆਲੀ ਦੇਖਣ ਨੂੰ ਮਿਲੇਗੀ ਜਦੋਂ ਬੈਠੋਗੇ ਤਾਂ ਤੁਹਾਨੂੰ ਮਿਲੂਗਾ ਸਕੂਨ ਪੂਰਾ ਅਤੇ ਰੀਵਰ ਸਾਈਡ ਆ ਨਾਲ ਹੈ ਨਾ ਤੁਸੀਂ ਇਸ ਜਗ੍ਹਾ 'ਤੇ ਬੈਠ ਕੇ ਪ੍ਰਕਿਰਤੀ ਦਾ ਪੂਰਾ ਆਨੰਦ ਲੈ ਸਕਦੇ ਹਾਂ ਅਤੇ ਆਪਦੀਆਂ ਫੋਟੋਆਂ ਰੀਲਾਂ ਬਣਾ ਸਕਦੇ ਨਾ ਇਹਦੀ ਗੱਲ ਕਰੀਏ ਪਹਿਲਗਾਮ ਤੋਂ ਸਿਰਫ 1.5 ਕਿਲੋਮੀਟਰ ਹੀ ਆਏ ਹਾਂ ਆਪਾਂ ਨਾ ਅਤੇ ਲੋਕ ਥੱਲੇ ਉੱਤਰ ਕੇ ਵੀ ਫੋਟੋਆਂ ਬੱਚੇ ਬੱਚੇ ਖਿੱਚੇ ਦੇ ਆ ਤੇਰੀ ਸੈਲਫੀ ਤੇਰੀ ਹੈ ਚਲੋ ਫਲੋਰ ਨਹੀਂ ਆ ਰਹੇ ਨਾ ਦੇਖੋ ਆਪਾਂ ਵੀ ਬੈਠ ਕੇ ਥੋੜ੍ਹਾ ਜਿਹਾ ਇੱਥੇ ਆਨੰਦ ਲੈਂਦੇ ਹਾਂ ਪ੍ਰਕਿਰਤਿਕ ਇੱਧਰ ਲੈ ਰਹੇ ਆਨੰਦ ਪ੍ਰਕਿਰਤਿਕ ਆਨੰਦ ਥੱਲੇ ਜਵਾਕ ਫੋਟੋਆਂ ਖਿੱਚਦੇ ਆ ਨਾ ਥੋੜ੍ਹਾ ਜਿਹਾ ਐਕਸ਼ਨ ਵਿਖਾਉਣ ਵਾਲੀ ਹੈ ਦੁਬਾਰਾ ਖਿੱਚੀ ਤੁਹਾਨੂੰ ਫਿਰ ਮੈਂ ਦੁਬਾਰਾ ਦਿਖਾਉਣਾ ਵਾ ਮੈਨੂੰ ਲੱਗਦਾ ਜਿਹੜੇ ਸਾਡਾ ਫੋਟੋ ਖਿੱਚਦਾ ਧੌਣ ਨੂੰ ਇਹਨੇ ਵਾਲ ਪਵਾ ਲੈਣਾ ਵਾ ਇਹ ਬਣੂਗਾ ਵੱਡਾ ਪੂਰਾ ਵਧੀਆ ਫੋਟੋਗ੍ਰਾਫਰ ਹੈ ਪੂਰੀ ਫੀਲਿੰਗ ਨਾਲ ਫੋਟੋ ਖਿੱਚਦਾ ਮੁੰਡਾ ਜਿਹੜਾ ਇਹ ਦਿਖਾਉਣੇ ਜੇ ਤੁਹਾਨੂੰ ਇਹ ਇੱਧਰ ਹੈਗਾ ਹੁਣ ਦੇਖ ਇਹ ਉਹ ਇਹ ਆਹ ਦੇਖ ਆਹ ਜਿਹੜਾ ਸੀਨ ਹੈ ਨਾ ਆਹ ਜਿਹੜਾ ਸੀਨ ਹੈ ਨਾ ਇਹਨੇ ਹੱਥ ਕਰਾਈ ਪਈ ਆ ਇਹ ਬਣੂਗਾ ਵਧੀਆ ਫੋਟੋਗ੍ਰਾਫਰ ਆਪਾਂ ਇਹ ਪਾਰਕ ਦੇ ਵਿੱਚ ਬੈਠ ਕੇ ਸੀ ਇਹ 25-30 ਮਿੰਟ ਹੋ ਗਏ ਸਾਨੂੰ ਇੱਥੇ ਬੈਠ ਕੇ ਥੋੜ੍ਹੀ ਫੋਟੋ ਸਾਡਾ ਖਿੱਚ ਕੇ ਨਾਲ ਬੈਠ ਕੇ ਵਧੀਆ ਲੱਗਾ ਬਹੁਤ ਵਧੀਆ ਲੋਕੇਸ਼ਨ ਆ ਤੁਸੀਂ ਬੈਠ ਕੇ ਇੱਥੇ 10 ਮਿੰਟ ਆਪਦਾ ਨਜ਼ਾਰੇ ਲਓ ਫਰਕ ਬਣਿਆ 24 ਰੁਪਏ ਟਿਕਟ ਕਿੰਨੀ ਹੈਗੀ ਆ 50 ਰੁਪਏ ਲੱਗਦੇ ਚਲੋ ਜੇ ਇੰਨੀ ਵਾਰ ਟਾਈਮ ਫਿਰ 50 ਦੀ ਤਾਂ ਕੋਈ ਟਿਕਟ ਵੀ ਹੈ ਨਾ ਤੁਸੀਂ ਆਟ ਕੇ ਬੈਠੋ ਹੈ ਨਾ ਅਤੇ ਆਪਾਂ ਹੁਣ ਚੱਲਦੇ ਹਾਂ ਇੱਥੋਂ ਅਤੇ ਬਾਹਰ ਦਾ ਫਿਰ ਕੋਈ ਲਾਸਟ ਵਿਊ ਘੁੰਮਾ ਕੇ ਮੈਂ ਤੁਹਾਨੂੰ ਦਿਖਾ ਦੇਣਾ ਨਾ ਪੂਰਾ 360 ਵਾਲਾ ਇਹਦੇ ਕੇਂਦਰ ਬਹੁਤ ਸੋਹਣੀ ਲੋਕੇਸ਼ਨ ਹੈ ਇੱਕ ਨਾ ਇੱਥੇ ਨਾਲ ਨਾਲ ਬੈਕ ਸਾਈਡ ਦੇ ਇੱਥੇ ਨਦੀ ਆ ਆ ਕੇ ਕੁਲਫੀ ਤਾਂ ਆਪਾਂ ਹੁਣ ਨਿਕਲਦੇ ਇੱਥੋਂ ਆਰੂ ਵੈਲੀ ਵਾਲਾ ਅਤੇ ਅੱਗੇ ਚੱਲਦੇ ਤੁਹਾਨੂੰ ਦਿਖਾਉਣੇ ਜੇ ਹੋਰ ਵੀ ਜਿਹੜੀਆਂ ਲਾਸਟ ਲੋਕੇਸ਼ਨਾਂ ਸਾਰੀਆਂ ਦਿਖਾਵਾਂਗੇ ਛੱਡਣਾ ਕੁਛ ਨਹੀਂ ਆਪਾਂ ਤੁਹਾਨੂੰ ਯਾਰ ਇੱਕ ਗੱਲ ਤਾਂ ਮੰਨਣੀ ਪਊਗੀ ਗੁਲਮਾਰਗ ਨਾਲੋਂ ਸੋਨਮਾਰਗ ਨਾਲੋਂ ਪਹਿਲਗਾਮ ਦੇ ਵਿੱਚ ਜਗ੍ਹਾ ਜ਼ਿਆਦੀਆਂ ਦੇਖਣ ਵਾਲੀਆਂ ਨਾ ਕਿਉਂਕਿ ਨਦੀ ਆ ਨਦੀ ਦੇ ਕੰਢੇ ਵਿਊ ਬਣਦੇ ਹੀ ਜਾਂਦੇ ਆ ਮੈਂ ਹੁਣੇ ਉਹ ਪਿੱਛੇ ਜੇ ਆਪਾਂ 1.5 ਕਿਲੋਮੀਟਰ ਪਾਰਕ ਤੋਂ ਆਏ ਹਾਂ ਨਾ ਪਹਿਲਗਾਮ ਤੋਂ 2 ਕਿਲੋਮੀਟਰ ਲਾ ਲਓ ਅਤੇ ਇੱਕ ਆ ਪੁਲ ਆ ਇਹਦੇ 'ਤੇ ਫਿਰ ਵਧੀਆ ਜੀ ਲੋਕੇਸ਼ਨ ਸੀ ਮੈਂ ਚਲੋ ਉੱਤਰ ਦੇ ਨਾਲ ਦਿਖਾਉਣੇ ਆ ਤੁਹਾਨੂੰ ਹੈ ਨਾ ਪੁਲ ਦੇ ਉੱਪਰ ਚੜ੍ਹ ਕੇ ਕਿਉਂਕਿ ਨਦੀ ਆ ਨਾ ਨਦੀ ਦੇ ਕੋਲ ਇੱਥੇ ਇੱਥੇ ਫੋਟੋ ਵਗੈਰਾ ਵੀ ਵਧੀਆ ਆ ਜਾਂਦੀਆਂ ਤਾਂ ਲੋਕੇਸ਼ਨ ਵੀ ਚੰਗੀਆਂ ਬਾਕੀ ਇੱਥੇ ਵੇਚਣ ਵਾਲੇ ਬਹੁਤ ਹੁੰਦੇ ਸਮਾਨ ਹੈ ਨਾ ਹੋਰ ਜੀ ਇਹ ਕਸ਼ਮੀਰੀ ਸੂਟ ਦਿਖਾਓ ਜਦੋਂ ਵੀ ਤੁਸੀਂ ਆਓ ਤਾਂ ਲੈ ਸਕਦੇ ਹਾਂ ਬੜੀਆ ਹੈ ਦੀਦੀ ਕੋ ਬੀਬੀ ਕੋ ਦੀਦੀ ਦੀਦੀ ਕੋ ਅੱਛਾ ਦੀਦੀ ਕੋ ਅਲੱਗ ਚੀਜ਼ ਨਹੀਂ ਸੋਹਣੇ ਆ ਇਸਕਾ ਰੇਟ ਸ਼ੋਰੂਮ ਪੇ ਹੋਤਾ ਹੈ ਹਮਾਰੇ ਪਾਸ ਰੇਟ ਨਹੀਂ ਹੈ ਇਹ ਬਣਦੀ ਆ ਲੋਕੇਸ਼ਨ ਸੋਹਣੀ ਜੀ ਹੈ ਨਾ ਉੱਪਰ ਇੱਧਰਲੇ ਪਹਿਲੇ ਨਦੀ ਆ ਬਹੁਤ ਸਾਹਮਣੇ ਜੇ ਰੁਕੇ ਸੀ ਮੇਰੇ ਸਾਹਮਣੇ ਹੌਲੀ ਬਿਲੂ ਇੰਨਾ ਹਰ ਨਹੀਂ ਮਾਰੀ ਦਾ ਭਾੜਾ 'ਚ ਸ਼ੋਰ ਸ਼ਰਾਬਾ ਚੰਗਾ ਨਹੀਂ ਹੁੰਦਾ ਬਾਕੀ ਲੋਕੇਸ਼ਨ ਵਾਕਈ ਬਹੁਤ ਸੋਹਣੀ ਆ ਪੁਲ ਦੇ ਉੱਪਰ ਖੜ੍ਹ ਕੇ ਨਦੀ ਦੇ ਇਹੋ ਜਿਹੇ ਝਾਕੇ ਵਾਕੇ ਹੈਗੇ ਆ ਅਤੇ ਵਧੀਆ ਲੋਕੇਸ਼ਨ ਆ ਸਾਹਮਣੇ ਪਹਾੜ 'ਤੇ ਬਰਫ਼ ਦਿਖ ਰਹੀ ਆ ਇੱਧਰ ਪਾਣੀ ਆ ਰਿਹਾ ਹੈ ਨਾ ਪਾਣੀ ਦੀ ਆਵਾਜ਼ ਥੋੜ੍ਹੀ ਤੇਜ਼ ਆਊਗੀ ਸ਼ਾਇਦ ਤੁਹਾਨੂੰ ਸਾਊਂਡ ਲੱਗੇ ਉਹਦਾ ਜ਼ਿਆਦਾ ਪਰ ਉਹਦੇ 'ਚ ਕੁਛ ਆਪਾਂ ਕਰ ਨਹੀਂ ਸਕਦੇ ਕਿਉਂਕਿ ਨੈਚੁਰਲ ਸਾਊਂਡ ਹੈ ਅਤੇ ਇੱਕ ਨੂੰ ਵਧੀਆ ਲੱਗਦਾ ਤੇਰੀ ਆਹ ਲੋਕੇਸ਼ਨ ਆ ਖੜ੍ਹ ਕੇ ਬਹੁਤ ਸੋਹਣੀ ਆ ਹੁਣ ਆਪਾਂ ਵੱਧਦੇ ਅੱਗੇ ਨੂੰ ਅਤੇ ਅੱਗੇ ਵੀ ਜਿਹੜੀ ਜਿਹੜੀਆਂ ਲੋਕੇਸ਼ਨ ਆਉਣਗੀਆਂ ਤਕਰੀਬਨ ਤੁਹਾਨੂੰ ਸਾਰੀਆਂ ਖੜ੍ਹ ਕੇ ਦਿਖਾਵਾਂਗੇ ਜੀ ਇੱਥੋਂ ਦਾ ਆਲਾ ਦੁਆਲਾ ਅਤੇ ਇੱਥੇ ਕੁਝ ਲੋਕ ਸੈਲਾਨੀ ਜਿਹੜੇ ਫੋਟੋ ਅਤੇ ਕਸ਼ਮੀਰੀ ਆਪਣੇ ਸੂਟ ਵੇਚਦਾ ਆ ਪਰੋਵੇਲੀ ਐਂਟਰ ਹੁਣ ਤੋਂ ਮਗਰੋਂ 50 ਰੁਪਈਆਂ ਦੀ ਇੱਕ ਐਂਟਰੀ ਹੋਰ ਰਹਿੰਦੇ ਇਹ ਤੁਹਾਡਾ ਇੰਸ਼ੋਰੈਂਸ ਆ ਗੌਰਮੈਂਟ ਵੱਲੋਂ ਚਲੋ ਕੋਈ ਨਹੀਂ ਫਿਰ ਦੇ ਤਾ ਆਪਾਂ ਜਾ ਰਹੇ ਹਾਂ ਜੀ ਅਰੂਵੈਲੀ ਨੂੰ ਅਰੂਵੈਲੀ ਰਹਿ ਗਈ ਸਾਰੀ 6 ਕਿਲੋਮੀਟਰ ਨਾ ਪਰ ਇੱਕ ਚੀਜ਼ ਇੱਥੇ ਮੈਂ ਦੇਖਿਆ ਤਾਂ ਟੂਰਿਸਟ ਬਹੁਤ ਇੱਧਰਲੇ ਪਾਸੇ ਜਾ ਰਿਹਾ ਨਾ ਪਹਿਲਗਾਮ ਤੋਂ ਸਾਈਡ ਤੋਂ ਪੈਂਦਾ 10-12 ਕਿਲੋਮੀਟਰ ਸਾਈਡ ਸੀ ਸਾਨੂੰ ਲੱਗਿਆ ਕਿ ਸ਼ਾਇਦ ਅਸੀਂ ਇਕੱਲੇ ਹੀ ਨਾ ਚਲੇ ਜਾਈਏ ਕਿਤੇ ਵੀ ਹੋਰ ਕੋਈ ਜਾਂਦਾ ਨਹੀਂ ਪਰ ਇੱਥੇ ਲੋਕਲ ਗੱਡੀਆਂ ਅਤੇ ਨਾਲ ਜਿਹਨਾਂ ਦੀ ਆਪਦੀਆਂ ਪਰਸਨਲ ਪ੍ਰਾਈਵੇਟ ਗੱਡੀਆਂ ਨਾ ਬਹੁਤ ਜਾਂਦੀਆਂ ਪਈਆਂ ਵਾ ਅਤੇ ਰੋਡ ਕੁੱਲ ਮਿਲਾ ਕੇ ਇੱਦਾਂ ਦਾ ਹੀ ਆ ਨਾ ਸਾਈਡ ਸੂਟ ਦੇਖ ਲਓ ਇੱਧਰ ਇੱਕ ਵਾਟਰਫਾਲ ਬੜਾ ਘੈਂਟ ਜਾਈ ਉਹ ਮਗਰ ਇਹ ਆਉਂਦੇ ਦੇਖਾਂਗੇ ਫੋਟੋ ਖਿੱਚਾਂਗੇ ਅਤੇ ਇੱਧਰ ਨਦੀ ਦੇ ਨਾਲ ਨਾਲ ਆਪਾਂ ਚੱਲ ਰਹੇ ਹੈ ਨਾ ਅਤੇ ਬਾਕੀ ਸਾਹਮਣੇ ਗੱਡੀਆਂ ਤਾਂ ਵਾਕਈ ਬਹੁਤ ਹੁੰਦੀਆਂ ਪਈਆਂ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਰੋਡ ਵੀ ਛੋਟਾ ਹੀ ਆ ਇਹ ਅਤੇ ਕੁੱਲ ਮਿਲਾ ਕੇ 13 ਕੁ ਮਿੰਟ ਦਾ ਸਫ਼ਰ ਆਪਣਾ ਰਹਿ ਗਿਆ ਹੋਰ ਆਪਾਂ ਪਹੁੰਚ ਰਹੇ ਹਾਂ ਜੀ ਅਰੂ ਵੈਲੀ ਦੇਖੋ ਜੀ ਇੱਕ ਵਾਟਰਫਾਲ ਆਇਆ ਸੋਹਣਾ ਜਾਣਾ ਅਤੇ ਜ਼ਿਆਦਾਤਰ ਲੋਕ ਇੱਥੇ ਫੋਟੋਆਂ ਖਿੱਚਦੇ ਜਿਵੇਂ ਖੜ੍ਹ ਕੇ ਸੋ ਵਧੀਆ ਕਿਉਂਕਿ ਲੋਕੇਸ਼ਨਾਂ ਸੋਹਣੀਆਂ ਨਾ ਅਤੇ ਆਉਂਦੇ ਆਪਾਂ ਵੀ ਤੁਹਾਨੂੰ ਇੱਥੇ ਖੜ੍ਹ ਕੇ ਦਿਖਾਵਾਂਗੇ ਵਾਟਰਫਾਲ ਆਪਾਂ ਪਹਿਲਾਂ ਜਾ ਹੀ ਯਾਰ ਵੈਲੀ ਹੈ ਨਾ ਅਤੇ ਸਾਹਮਣੇ ਲੋਕੇਸ਼ਨ ਵੇਖੋ ਕਿੱਡਾ ਸੋਹਣਾ ਯਾਰ ਇਹ ਕੁਦਰਤ ਦਾ ਆਰਟੀਟੈਕਚਰ ਚੰਗਾ ਇੰਜੀਨੀਅਰ ਰੱਖਿਆ ਲੱਗਦਾ ਹੈ ਨਾ ਜਿਹੜਾ ਆਰਟੀਟੈਕਟ ਆ ਕੁਦਰਤ ਦਾ ਮਾੜਾ ਨਹੀਂ ਗਾ ਆਪਣੇ ਵਾਲਾ ਤਾਂ ਨਹੀਂ ਗਾ ਕਿਤੇ ਸਾਹਮਣੇ ਅਰੂ ਵੈਲੀ ਹੈ ਨਾ ਇੱਥੋਂ ਸਟਾਰਟ ਹੋ ਗਈ ਆ ਅਤੇ ਸਾਡੇ ਤਾਂ ਹਜੇ ਵੀ 6 ਕਿਲੋਮੀਟਰ ਹਿਸਾਬ ਨਾਲ ਵਿਖਾਈ ਜਾਂਦਾ
ਤੇ ਇੱਥੇ ਵੀ ਕੈਂਪ ਬਣੇ ਆ ਤੁਸੀਂ ਆ ਕੇ ਕੈਂਪ ਲਓ ਤੇ ਇਹਦੇ ਵਿੱਚ ਰਹਿ ਸਕਦੇ ਤੰਬੂ ਜਿਹਨੂੰ ਆਪਾਂ ਕਹਿੰਦੇ ਨੇ ਤੰਬੂ ਲਾਏ ਪੱਕੇ ਇਹਨਾਂ ਨੇ ਨਾ ਕੈਂਪਿੰਗ ਸਾਈਟ ਪੂਰੀ ਬਣੀ ਵੀ ਆਪਦਾ ਲੋਨ ਇੰਜੋਏ ਕਰ ਪੂਰਾ ਮੈਟਰ ਮੋਟਰ ਨੂੰ ਵੀ ਘੈਂਟ ਬਣਾਇਆ ਜਗਾੜ ਇਹਨਾਂ ਨੇ ਤੇ ਆਪਾਂ ਵੇਖਦੇ ਹਾਂ ਗੱਡੀਆਂ ਹਜੇ ਗਾਂਹ ਜਾ ਰਹੀਆਂ ਕਿੱਥੋਂ ਤੱਕ ਜਾਂਦੀਆਂ ਨਾ ਅਤੇ ਉਹ ਜਗ੍ਹਾ ਦੇਖ ਕੇ ਆਵਾਂਗੇ ਆਰੂ ਵੈਲੀ ਕਿਉਂਕਿ ਵੱਡੀ ਹੋ ਗਈ ਨਾ ਥੋੜ੍ਹੀ ਇੱਡੀ ਛੋਟੀ ਵੀ ਨਹੀਂ ਹੁੰਦੀ ਵੈਲੀ ਅਤੇ ਉੱਪਰ ਸਨੋਅ ਦੇ ਵੀ ਬਿਲਕੁਲ ਮਿਲਾ ਤਾਂ ਆਪਾਂ ਨੇੜੇ ਚਲੇ ਜਾਣਾ ਅੱਜ ਫਿਰ ਆਰੂ ਵੈਲੀ 'ਤੇ ਆਪਾਂ ਪਹੁੰਚ ਗਏ ਅਤੇ ਇੱਥੇ ਇੱਕ ਨਦੀ ਵਗਦੀ ਹੈ ਛੋਟੀ ਉੱਪਰ ਆਉਂਦੀ ਹੈ ਬਾਹਲੀ ਵੱਡੀ ਤਾਂ ਨਹੀਂ ਝਰਨੇ ਟਾਈਪ ਜੀ ਹੈ ਨਾ ਅਤੇ ਇੱਧਰੋਂ ਸਾਹਮਣੇ ਮੁੰਡੇ ਕਰੀ ਜਾਂਦੇ ਕੈਂਪ ਕੱਟਾ ਹੈ ਨਾ ਟੈਂਟ ਜਿਹੜਾ ਆਪਣੇ ਕੋਲ ਵੀ ਹੈਗਾ ਵਾ ਉਹ ਸਾਹਮਣੇ ਇਹਨਾਂ ਨੇ ਕੈਂਪਿੰਗ ਕੀਤੀ ਹੋਣੀ ਹੈ ਅਤੇ ਜਾਂ ਲਾਉਣ ਲੱਗੀ ਹੈ ਅਤੇ ਜਾਂ ਇਕੱਠਾ ਕਰ ਰਹੇ ਇਹ ਤਾਂ ਰੱਬ ਜਾਣੇ ਪਤੀਲੇ ਪਤੂਲੇ ਚੱਕੇ ਜਾਂਦੇ ਜੇ ਲਾਉਣ ਲੱਗੇ ਆ ਮੇਲਾ ਦਾ ਸੈਟਅਪ ਕਰ ਰਹੇ ਜੀ ਆਪਦਾ ਹੈ ਨਾ ਇੱਦਾਂ ਦੀਆਂ ਜਗ੍ਹਾ 'ਤੇ ਮਤਲਬ ਕੈਂਪਿੰਗ ਹੁੰਦੀ ਵੈਸੇ ਇਹ ਸੀ ਆਹ ਜਿਹੜੀ ਕੈਂਪਿੰਗ ਬਿਲਕੁਲ ਵੀ ਸੇਫ ਨਹੀਂ ਗੀ ਦਰਅਸਲ ਕੀ ਹੈ ਉੱਤੋਂ ਪਾਣੀ ਆ ਰਿਹਾ ਵਾ ਕੱਲ੍ਹ ਨੂੰ ਉੱਪਰ ਕੋਈ ਗਲੇਸ਼ੀਅਰ ਜ਼ਿਆਦਾ ਵੀ ਰੁੜ ਕੇ ਆ ਸਕਦਾ ਕਿਉਂਕਿ ਸੈਂਟਰ 'ਚ ਨਹੀਂ ਕਰਨੀ ਹਾਂ ਜਿੱਦਾਂ ਤੁਸੀਂ ਨਦੀ ਦੇ ਕੰਢੇ 'ਤੇ ਇੱਧਰਲੀ ਸਾਈਡ ਉੱਤਲੀ ਸਾਈਡ ਕਰ ਲਓ ਪਰ ਜੇ ਉਹ ਬਿਲਕੁਲ ਸੈਂਟਰ 'ਚ ਕਰ ਰਹੇ ਮੈਨੂੰ ਲੱਗਦਾ ਇਹ ਜ਼ਿਆਦਾ ਸੇਫ ਨਹੀਂ ਹੈਗੀ ਇਹ ਨਾ ਅਤੇ ਚਲੋ ਚੱਲਦੇ ਆਪਾਂ ਤਾਂ ਨੂੰ ਫਿਰ ਨਾ ਆਉਂਦੇ ਦੇਖਾਂਗੇ ਤਾਂ ਆਉਂਦੇ ਖੜਾਂਗੇ ਇੱਥੇ ਫੋਟੋ ਵਗੈਰਾ ਆਪਾਂ ਤੁਹਾਨੂੰ ਦਿਖਾਵਾਂਗੇ ਖੜ ਕੇ ਵੀ ਪੂਰੀ ਜਗ੍ਹਾ ਤੁਹਾਨੂੰ ਦਿਖਾਵਾਂਗੇ ਆਪਾਂ ਪਹੁੰਚ ਗਏ ਹਾਂ ਆਰੂ ਵੈਲੀ ਆਰੂ 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 ਹੋਇਆ ਵਾ ਇੱਥੇ ਹੈ ਅਤੇ ਉਹ ਉੱਪਰ ਚੋਟੀਆਂ ਤਾਂ ਚਲੋ ਚੱਲਦੇ ਥੱਲੇ ਤੁਹਾਨੂੰ ਹੁਣੇ ਗਰਾਊਂਡ ਗਰੂੰਡ ਨਾਲੇ ਆਪਾਂ ਕੁਛ ਖਾ ਪੀਏ ਭੁੱਖ ਜੀ ਵਾਹਵਾ ਲੱਗੀ ਟਾਈਮ ਦੀ ਗੱਲ ਕਰੀਏ ਤਾਂ 1:00 ਵਜੇ ਹੈ ਨਾ ਅਤੇ ਫਿਰ ਦਿਖਾਉਣੇ ਤੁਹਾਨੂੰ ਲੋਕੇਸ਼ਨ ਪਹਿਲਾਂ ਆਪਾਂ ਖਾਂਦੇ ਹਾਂ ਕੁਛ ਅਤੇ ਬਾਕੀ ਇੱਕ ਮੋਟਾ ਮੋਟਾ ਬਾਹਰ ਦਾ ਵਿਊ ਵੇਖ ਲਓ ਇਹ ਵੈਲੀ ਦਾ ਇੱਥੇ ਪਾਰਕਿੰਗ ਆ ਪਾਰਕ ਹੀ ਤੋਂ ਉੱਧਰਲੀ ਸਾਈਡ ਜਾ ਕੇ ਜਿਹੜਾ ਵੈਲੀ ਥੱਲੇ ਨੂੰ ਦੀਦੀ ਸਾਰੀ ਉਹ ਤੁਹਾਨੂੰ ਦਿਖਾਉਣੇ ਹਾਂ ਜੀ ਆਪਾਂ ਪਹੁੰਚ ਗਏ ਇੱਕ ਢਾਬੇ 'ਤੇ ਹੈ ਨਾ ਪਹਿਲੋ ਖਾਂਦੇ ਸਮੋਸੇ ਅਤੇ ਫਿਰ ਉੱਧਰ ਨੂੰ ਜਾਣਾ ਪੱਤਰ ਕਿ ਉਹ ਬਾਅਦ ਜਾਵਾਂਗੇ ਪਹਿਲਾਂ ਪੇਟ ਪੂਜਾ ਕਰੀਏ ਨਾ ਕੀ ਲੱਭਾ ਕੁਛ ਜੀ ਇਹਦੇ ਦਹੀਂ ਵਾਲੇ ਛੋਲੇ ਮਿਲਦੇ ਨੇ ਦਹੀਂ ਵਾਲੇ ਛੋਲੇ ਸਮੋਸੇ ਚਾਟ ਬਣਾ ਕੇ ਦਿੱਤੀ ਪੂਰੀ ਜਾਂਦੇ ਖੜੇ ਪੈਰ ਉਹਦੇ ਕੁਛ ਖਾਸ ਪੁਆਇੰਟ ਜੇ ਤੁਸੀਂ ਦੇਖਣ ਜਾਣੇ ਹੈ ਨਾ ਅਤੇ ਪੈਸੇ ਵੀ ਥੱਲੇ ਲਿਖੇ ਆ ਕਿੰਨੇ ਕਿੰਨੇ ਲੈਂਦੇ ਆ ਇਹਦੇ ਹਿਸਾਬ ਨਾਲ ਤੁਸੀਂ ਜਾ ਸਕਦੇ ਹੋ ਖਾ ਕੇ ਸਮੋਸੇ ਅਤੇ ਆਪਾਂ ਵੱਧ ਗਏ ਗਾਂਹ ਗਰਾਊਂਡ ਵੱਲ ਨੂੰ ਇਹ ਸਾਰਾ ਏਰੀਆ ਜਿਹੜਾ ਤੁਹਾਨੂੰ ਵਿੱਚ ਫੋਟੋ ਦਿਖਾਈ ਹੈ ਤੁਸੀਂ ਘੁੰਮ ਸਕਦੇ ਹਾਂ ਅਤੇ ਤਾਂ ਨਾਲ ਰੈਂਟ ਵੀ ਲਿਖਿਆ ਤਾਂ ਉਹਨੂੰ ਲੈ ਕੇ ਜਾਂਦੇ ਉਹਨੇ ਮੇਰੇ ਸਾਨੂੰ ਘੋੜੇ ਘਾਣਿਆਂ ਦੇ ਨਾ ਟੈਕਸੀ ਦੇ ਕਾਰਪੂਰ 'ਤੇ ਛੋਟੀ 'ਤੇ ਛੋਟੀ ਕਾਰ ਜਾਂਦੀਆਂ ਇਹਨਾਂ ਦੀਆਂ ਦਰਅਸਲ ਇਹ ਆਪਣੀ ਗੱਡੀ ਟੈਪ ਬੰਦ ਕਰ ਦਿੰਦੇ ਹੈਗਾ ਕਈ ਵਾਰੀ ਟੈਕਸੀ ਜਾਂ ਕਈ ਵਾਰੀ ਘੋੜੇ ਹੈ ਨਾ ਇਹ ਗਰਾਊਂਡ ਇੱਧਰ ਜਵਾਕ ਖੇਡੀ ਜਾਂਦੇ ਲੱਕੜ ਦੀਆਂ ਐਟਮਾਂ ਉਧਰ ਆਪਣੇ ਵਾਲਾ ਸੀਨ ਚੱਲਣ ਡਿਆ ਪੋਚ ਕਾਪੀ ਕਰ ਲਿਆ ਆਪਣਾ ਇਧਰ ਵੈਲੀ ਵੀ ਕਿੰਨੀ ਸੋਹਣੀ ਹੈ ਨਾ ਪਰਛਾਵਾਂ ਉੱਤੇ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਕਸ਼ਮੀਰੀਆਂ ਦੀਆਂ ਬੱਸਾਂ ਨਾ ਇਹ ਥੋੜ੍ਹੀ ਜ਼ਿਆਦਾ ਵਧੀਆ ਹੁੰਦੀਆਂ ਨਾ ਛੋਟੀਆਂ ਛੋਟੀਆਂ ਹੁੰਦੀਆਂ ਟੈਂਪੂ ਟਰੈਵਲ ਵਰਗੀਆਂ ਅਤੇ ਬੰਦੇ ਜੇ ਤੁਹਾਨੂੰ ਤੁਹਾਨੂੰ 20-25 ਵਾੜ ਦਿੰਦੇ ਚਲੋ ਚੱਲਦੇ ਆਪਾਂ ਅੱਗੇ ਤੁਰ ਕੇ ਅਤੇ ਫਿਰ ਵਿਖਾਉਣੇ ਤੁਹਾਨੂੰ ਆਰੂ ਵੈਲੀ ਭੈਣੀ ਵਾਲਾ ਖਾਣਾ ਇਹ ਬੜਾ ਚਾਰਜਰ ਰੱਖੀ ਬੇਟੇ ਚਲੋ ਚੱਲਦੇ ਹਾਂ ਉੱਪਰ ਨਾ ਇਹ ਬਾਜ਼ਾਰ ਇੱਥੋਂ ਦਾ ਕੁਝ ਡਰਾਈ ਫਰੂਟ ਵਗੈਰਾ ਵੀ ਖਰੀਦ ਸਕਦੇ ਤੁਸੀਂ ਇੱਥੋਂ ਇਹ ਆ ਜੀ ਆਰੂ ਆਰੂ ਵੈਲੀ ਦਾ ਮੇਨ ਜਿਹੜਾ ਗਰਾਊਂਡ ਅਤੇ ਇੱਥੋਂ ਤੁਸੀਂ ਵੇਖ ਸਕਦੇ ਚਾਰ ਚੁਫੇਰੇ ਵੈਲੀ ਹੈ ਨਾ ਅਤੇ ਇੱਕ ਘੋੜੇ ਲੈ ਕੇ ਜਾਂਦੇ ਤਾਂ ਤੁਹਾਨੂੰ ਆਹ ਪਹਾੜ ਦੇ ਮਗਰਲੇ ਪਾਸੇ ਉਹ ਸਾਹਮਣੇ ਜੇ ਦੇਖ ਰਹੇ ਹੁਣ ਠੀਕ ਆ ਵਾ ਇਹ ਹੋਰ ਹੈ ਸਾਹਮਣੇ ਇਹ ਤੁਹਾਨੂੰ ਇੱਕ ਪਹਾੜ ਦੇ ਮਗਰ ਪਾਸੇ ਲੈ ਜਾਣਗੇ ਕਹਿੰਦੇ ਉੱਧਰ ਵੀ ਵੈਲੀ ਆ ਪਰ ਮੈਨੂੰ ਲੱਗਦਾ ਨਹੀਂ ਕੋਈ ਐਡਾ ਜ਼ਿਆਦਾ ਫਾਇਦਾ ਨਿਕਲਣਾ ਤੁਹਾਨੂੰ ਜਿੱਥੇ ਜਾਣ ਦਾ ਜੇ ਬਾਕੀ ਜੇ ਤੁਸੀਂ ਜਾਣਾ ਤਾਂ 1200 ਰੁਪਇਆ ਘੋੜਾ ਲੈਂਦਾ ਤਾਂ ਜਾ ਸਕਦੇ 1000 'ਚ ਵੀ ਲੈ ਜਾਣਗੇ ਬਾਕੀ ਮੇਲਾ ਤਾਂ ਇਹੀ ਸਾਰਾ ਤੋਂ ਬੈਸਟ ਪਲੇਸ ਆ ਇੱਥੇ ਗਰਾਊਂਡ ਜਿਹੜਾ ਹੈ ਆਰੂ ਵੈਲੀ ਦਾ ਅਤੇ ਉੱਪਰ ਚੋਟੀਆਂ 'ਤੇ ਬਰਫ਼ ਪਈ ਆ ਅਤੇ ਸਾਈਡ 'ਤੇ ਵਧੀਆ ਵਧੀਆ ਝਾਕੇ ਬਾਕੀ ਅਤੇ ਨਜ਼ਾਰੇ ਲੱਗੇ ਹੈ ਨਾ ਅਤੇ ਬਾਕੀ ਠੀਕ ਹੈ ਵਧੀਆ ਸੋਹਣਾ ਹੈਗਾ ਇੱਥੋਂ ਦਾ ਟੈਂਪਰੇਚਰ ਦੀ ਗੱਲ ਕਰਦੇ ਹਾਂ ਤਾਂ ਕੋਈ 20 ਡਿਗਰੀ ਟੈਂਪਰੇਚਰ ਹੈਗਾ ਬਾਹਲੀ ਠੰਡ ਨਹੀਂ ਨਾ ਬਾਹਲੀ ਗਰਮੀ ਹੈਗੀ ਉਹ ਜੀ ਚੱਲਦੇ ਚਲਾਉਂਦੇ ਆਪਾਂ ਵਾਹਵਾ ਦੂਰ ਆ ਗਏ ਹੈ ਨਾ ਜਿਹੜਾ ਆਰੂ ਸੋਹਣਾ ਜਿਹਾ ਸ਼ਹਿਰ ਹੈ ਨਾ ਅਤੇ ਇਹ ਉੱਪਰਲੀ ਸਾਈਡ ਆ ਘੋੜੇ ਤੁਹਾਨੂੰ ਦਿਖਾਏ ਇਹਦੇ ਉਹ ਮਗਰਲੇ ਪਾਸੇ ਲੈ ਕੇ ਜਾਂਦੇ ਹੈ ਨਾ ਵੈਲੀ ਇਹਦੇ ਵਿਖਾ ਕੇ ਲਿਆਉਣੇ ਆ ਮੈਨੂੰ ਲੱਗਦਾ ਨਹੀਂ ਕੋਈ ਐਡੀ ਚੱਕਰ ਵਾਲੀ ਗੱਲ ਹੈਗੀ ਆ
ਬਾਕੀ ਤੁਸੀਂ ਇੱਥੋਂ ਤੀਕ ਆ ਕੇ ਵੇਖ ਲਓ ਤਾਂ ਉਹ ਵੀ ਤਾਂ ਵੀ ਵਧੀਆ ਵਾ। ਬਾਕੀ ਦਰਖਤ ਬਹੁਤ ਸੋਹਣੇ ਹੈ ਨਾ, ਲੰਬੇ ਲੰਬੇ ਆ, ਇਹ ਸਵਿਟਜ਼ਰਲੈਂਡ ਕਹਿੰਦੇ ਜਿੱਥੇ ਇਹੋ ਜਿਹੇ ਦਰਖਤ ਹੁੰਦੇ ਆ ਉਹਨੂੰ ਹਮੇਸ਼ਾ ਜਿਵੇਂ ਆਪਾਂ ਕਹਿ ਲਈਏ ਕਿ ਬਾਜ਼ਾਰ ਵਾਲੀ ਸਾਈਡ 'ਤੇ ਜਿਹੜੇ ਕੱਲ੍ਹ ਗੁਲਮਾਰਗ ਸੀ ਸੋਨਮਾਰਗ ਸੀ ਸਾਰੇ ਨੂੰ ਸਵਿਟਜ਼ਰਲੈਂਡ ਬੋਲ ਦਿੰਦੇ ਨੇ, ਹੈ ਨਾ ਮਿੰਨੀ ਸਵਿਟਜ਼ਰਲੈਂਡ ਕਹਿੰਦੇ ਨੇ। ਸਾਹਮਣੇ ਦੇਖ ਲਓ ਲੈ ਮਿੰਨੀ ਸਵਿਟਜ਼ਰਲੈਂਡ ਤਾਂ ਵੈਸੇ ਦਿਖ ਜਾਂਦਾ। ਇਹ ਤੁਸੀਂ ਵੇਖ ਰਹੇ ਸੀ ਆਰੋ ਵੈਲੀ ਹੈ ਨਾ, ਇਹਦਾ ਫਿਰ ਮੈਂ ਤੁਹਾਨੂੰ ਦੇਖ ਰਿਹਾ ਇੱਥੇ ਖੜ੍ਹ ਕੇ ਪੂਰਾ ਵਿਊ ਦਿਖ ਰਿਹਾ ਸਾਰਾ ਦਿਖਾ ਕੇ ਅਤੇ ਫਿਰ ਆਪਾਂ ਇਹਦੇ ਬਲੌਗ ਦਾ ਕਰਦੇ ਹਾਂ ਐਂਡ, ਹੈ ਨਾ। ਸਾਹਮਣੇ ਜਿਹੜਾ ਛੋਟਾ ਜਿਹਾ ਸ਼ਹਿਰ ਆ ਅਤੇ ਉੱਪਰ ਜਿਹੜੇ ਵੇਖੋ ਬਰਫ਼ ਦੇ ਪਹਾੜ, ਨਿੱਕੇ ਜਿਹੇ ਸ਼ਹਿਰ ਆਰੋ ਦੇ ਵਿੱਚ, ਆਰੋ ਪਿੰਡ ਭੰਡੋਣਾ ਵਾ ਨਾ, ਆਰੋ ਵੈਲੀ ਦੇ ਵਿੱਚ ਜਾਂ ਪਿੰਡ ਦਾ ਨਾਮ ਸ਼ਾਇਦ ਹੋਰ ਵੀ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਅਤੇ ਸਾਹਮਣੇ ਜਿਹੜੇ ਉੱਪਰ ਬਰਫ਼ ਦੀਆਂ ਚੋਟੀਆਂ ਦੇ ਵਿੱਚ ਲੁਕੇ ਇਹ ਜਿਹੜਾ ਏਰੀਆ, ਇਹਨੂੰ ਵੀ ਬਰਫ਼ ਨਾਲ ਜਦੋਂ ਸਿਆਲ ਹੁੰਦਾ ਬਹੁਤ ਬਰਫ਼ ਇੱਥੇ ਵੀ ਪੈ ਜਾਂਦੀ ਹੈ ਨਾ, ਅਤੇ ਇੱਧਰ ਅੱਗੇ ਤੁਸੀਂ ਤੁਹਾਨੂੰ ਵੈਲੀ ਲੈ ਕੇ ਜਾਂਦੇ ਘੋੜਿਆਂ 'ਤੇ, ਅਤੇ ਸਾਹਮਣੇ ਮੇਨ ਜਿਹੜੀਆਂ ਲੋਕੇਸ਼ਨਾਂ ਫੋਟੋਆਂ ਹੈਗੀਆਂ, ਮਤਲਬ ਕਹਿੰਦੇ ਆ ਵੀ ਜਿਹੜਾ ਮੇਨ ਪਹਾੜੀਆਂ ਵਾ ਉਹ ਸਾਹਮਣੇ, ਅਤੇ ਸੋਹਣਾ ਵਧੀਆ ਚਾਕਾ ਵਾਕਾ ਇਹਦਾ, ਕਹਿੰਦਾ ਚੰਗਾ ਵਿਊ ਬਣਿਆ ਹੋਇਆ ਵਾ। ਅਤੇ ਚਲੋ ਆਪਾਂ ਹੁਣ ਵੱਧਦੇ ਅੱਗੇ ਨੂੰ, ਹੈ ਨਾ। ਅੱਜ ਦਾ ਵਲੋਗ ਜਿਹੜਾ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ, ਅਤੇ ਹੁਣ ਆਪਾਂ ਚੱਲੇ ਹਾਂ ਜੀ ਪਹਿਲਗਾਮ। ਪਹਿਲਗਾਮ ਦੇ ਜਿਹੜਾ ਰਹਿੰਦੀ ਆ ਇੱਕ ਦੋ ਵੈਲੀਆਂ ਉਹ ਦੇਖਾਂਗੇ, ਪਰ ਵਲੋਗ ਜ਼ਿਆਦਾ ਲੰਬਾ ਹੋ ਜਾਊ ਇਸ ਕਰਕੇ ਆਪਾਂ ਇੱਥੇ ਇਹਦਾ ਐਂਡ ਕਰਦੇ ਹਾਂ। ਅਤੇ ਅਗਲਾ ਵਲੋਗ ਦੇਖਣ ਲਈ ਤੁਸੀਂ ਨੈਕਸਟ ਡੇ ਦਾ ਇੰਤਜ਼ਾਰ ਕਰਿਓ, ਅਤੇ ਜਾਂ ਤੁਸੀਂ ਜਾ ਕੇ ਦੇਖ ਲਓ ਸ਼ਾਇਦ ਜਦੋਂ ਤੁਹਾਡੇ ਤੁਸੀਂ ਕੀ ਪਤਾ ਅਗਲੇ ਦਿਨ ਨਹੀਂ ਦੇਖਿਆ ਹੋਣਾ, ਜਾਂ ਆ ਵੀ ਸਕਦਾ ਵਾ ਤੁਸੀਂ ਦੇਖ ਲਓ ਲਿਸਟ ਪੂਰੀ ਇੰਡੀਆ 'ਚ ਆਪਣਾ 7ਵਾਂ ਦਿਨ ਸੀ ਇੰਡੀਆ ਟੂਰ ਦਾ, ਅਤੇ ਪਹਿਲਾ ਪਾਰਟ ਸੀ ਤੋਂ ਅਗਲਾ ਪਾਰਟ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਅਤੇ ਵਲੋਗ ਚੰਗਾ ਲੱਗਾ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਲਓ, ਅਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕੋਈ ਕਮੀ ਪੇਸ਼ੀ ਰਹੇਗੀ ਕਮੈਂਟ ਕਰਕੇ ਦੱਸਿਓ, ਅਤੇ ਮੈਂ ਕੱਢ ਦਾਂ ਅਗਲੀ ਵੀਡੀਓ। ਲਾਈਕ ਜ਼ਰੂਰ ਕਰਦਿਆ ਕਰੋ ਅਤੇ ਸ਼ੇਅਰ ਜ਼ਰੂਰ ਕਰੋ ਫੈਮਿਲੀ ਦੇ ਨਾਲ, ਹੈ ਨਾ, ਅਤੇ ਸਾਰੇ ਜਾਣੇ ਵੇਖਿਆ ਕਰੋ ਵੀਡੀਓ।